ये अल्लाह पा रहे हैं। तो और कौन करता है? वो देखो वेलकम एवरी वन, वेलकम बैक टू माई चैनल। कैसे हैं आप सब? आई होप सब लोग ठीक होंगे। हम भी अल्हम्दुलिल्लाह बिल्कुल ठीक हैं। तो आज जो है बहुत ही इंटरेस्टिंग वीडियो है आपके लिए, ज़रूर देखिएगा पूरी। इंटरेस्टिंग इस तरह से है कि मेरी बेटी कहती है, मामा आपके इतने व्यूज़ नहीं आते, वो जिनकी वो वीडियोज़ देखते हैं यूट्यूबर्स की, तो उनके ना इतने इतने मिलियन में व्यूज़ आते हैं। तो मैं क्या पता नहीं क्यों नहीं आते, आप अल्लाह से दुआ करो मेरे, फिर मुझे भी व्यूज़ मिलेंगे। तो कहती है, मामा आप कुछ इंटरेस्टिंग नहीं ना बनाती, आप बस वो रोज़ कुकिंग करती हो और वो दिखा देती, कुछ इंटरेस्टिंग करो। मैं कहा चलो फिर आज ना हम पंजाबी में बनाएंगे खाना और थोड़ा सा इंटरेस्टिंग बोलेंगे, तो देखते हैं कैसा जाता है। तो आप लोग देखिएगा ज़रूर, आई होप आपको अच्छा लगेगा। तो मैंने थोड़ी सी पंजाबी अपनी जैसे बोलती हूँ वैसे बोली है, तो चलिए देखते हैं, सुनते हैं मेरी गपशप। सबसे पहले हमने इसमें ऑयल डाला, अब हम इसमें डालेंगे जीरा। ये दाल तो बना के ना अपनी दाल बन गई हुई है इतनी बनाई है मैंने ये दाल, बहुत ज्यादा बनाई है। एक हम इसमें डालेंगे काली इलायची, इनकी जब खुशबू आती है ना उफ 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 हो जाता है। अब हम इसको थोड़ा सा हिला लेंगे। लहसुन और हरी मिर्चें कूट के रखी थी, इनका भी फ्लेवर जो है बहुत मजे करता है। अब मैं ये इसमें ऐड करूंगी, ये देखिए ये डालेंगे। अदरक मेरे पास फ्रेश वाला नहीं था, नहीं था, लेकिन उसको मैंने एंड पे डाला जूलियन कट में, वो भी हम ऐड करेंगे इसमें। ये गई जिंजर पेस्ट, पता नहीं ये जब भी डालो इतने सुरले क्यों छोड़ता है, खुद कूट के डालो उससे कुछ नहीं होता। सारे चुले का सुटिया नाश करके रख छड़िया। काफी घुट कटा लेंगे साफ किया, चुले का हाल देखो गया। इसमें भुल गई, तीन ऐ पानिया सन, लाल मिर्चा मोटिया ए भी गई, बाकी हम थोड़ा पका के ते फिर दस दी पावे बिच। तली प्याज मैं की तलनी है पई, ए पा लो तकरीबन होनी है एक मोटा, ए पा लो
ਮੈਂ ਕਿਹਾ ਅੱਜ ਕੁਛ ਇੰਟਰਸਟਿੰਗ ਵੀਡੀਓ ਬਣਾਉਂਦੇ ਹਾਂ ਤੁਹਾਡੇ ਨਾਲ। ਕੋਈ ਥੋੜ੍ਹਾ ਸਾਰਾ ਡਿਫਰੈਂਟ ਵੀ ਹੋਣਾ ਚਾਹੀਦਾ ਕਿ ਇੱਕ ਹੀ ਰੋਜ਼ ਹੀ ਬੋਲੋ ਇਹ ਪਾਇਆ ਅਤੇ ਉਹ ਪਾਇਆ। ਅੱਜ ਥੋੜ੍ਹਾ ਇੰਟਰਸਟਿੰਗ ਕਰਨੇ ਆ, ਹੁਣ ਇਹਨਾਂ ਨੂੰ ਹਿਲਾਵਾਂ ਹਿਲਾਵਾਂਗੇ, ਨੱਚ ਨੂੰ ਚ ਲਵੋ ਵਿੱਚ ਥੋੜ੍ਹਾ ਜਿਹਾ, ਜਿੰਨਾ ਨੱਚਣਾ ਜਾਂ ਨੱਚ ਲਓ, ਲੜ ਲਓ ਆਪਸ, ਮਿਰਚਾਂ ਗੰਢਿਆਂ ਨਾਲ ਲੜ ਲੈਣ ਅਤੇ ਗੰਢੇ ਮਿਰਚਾਂ ਨਾਲ, ਤੂੰ ਕਿਉਂ ਆਈ ਅਤੇ ਤੂੰ ਕਿਉਂ ਆਈ, ਸਾਰੀਆਂ ਦਰਾਣੀਆਂ ਜਠਾਣੀਆਂ ਨੂੰ ਆਪਸ ਮਿਲਾਓ, ਅੰਦਰ ਵਾੜੋ ਅਤੇ ਢੱਕਣ ਦੇ ਦਿਓ ਕਿ ਲੜ ਲੁੜ ਲੈ, ਚਲੋ ਲੜੀ ਜਾਓ, ਢੱਕਣਾ ਚੁੱਕ ਕੇ ਵੇਖੀਏ ਕਿਧਰੇ ਵਾਲ ਹੀ ਨਾ ਖੋ ਛੜੇ ਅੰਦਰ ਆਣੇ ਜਠਾਣੀਆਂ ਨੇ ਆਪਣੇ, ਨਹੀਂ ਉਹਨੇ ਸੜ ਬਲ ਗਈਆਂ ਨੇ ਲੜ ਲੜ ਕੇ, ਪਰ ਸਹੀ ਸਲਾਮਤ ਨੇ। ਬੋਲ ਸਲੋ ਏ, ਹੁਣ ਅਸੀਂ ਪਾਵਾਂਗੇ ਜੀ ਮਸਾਲੇ, ਜਿਹਦੇ ਵਿੱਚ ਪਾਵਾਂਗੇ ਪਹਿਲੇ ਅਸੀਂ ਪਾਵਾਂਗੇ ਹਲਦੀ ਆਧਾ ਟੀਸਪੂਨ, ਹੋਣੀ ਆਪਣੇ ਆਪਣੇ ਹਿਸਾਬ ਨਾਲ ਪਾ ਲਏ ਮੈਨੂੰ ਟੀਸਪੂਨ ਅੰਦਰ, ਹੈ ਲਾਲ ਮਿਰਚਾਂ ਕੁੱਟੀਆਂ ਥੋੜ੍ਹੀ ਸਾਰੀ, ਦੂਜੀ ਲਾਲ ਮਿਰਚ, ਥੋੜ੍ਹਾ ਸਾਰਾ ਧਨੀਆ ਪਾਊਡਰ, ਥੋੜ੍ਹਾ ਸਾਰਾ ਗਰਮ ਮਸਾਲਾ ਪਾਊਡਰ ਅਤੇ ਜੀਰਾ ਪਾਊਡਰ ਥੋੜ੍ਹਾ ਜਿਹਾ ਹੀ, ਚਲੋ ਗੁਜ਼ਾਰਾ ਹੋ ਗਿਆ। ਇਹ ਪਾ ਕੇ ਅਤੇ ਥੋੜ੍ਹਾ ਨਮਕ ਪਾਵਾਂਗੇ ਅਤੇ ਸਾਡੇ ਹੋ ਗਏ ਮਸਾਲੇ ਤਿਆਰ, ਇਹ ਗਿਆ ਨਮਕ ਕਿਉਂਕਿ ਅਸੀਂ ਦਾਲ ਬੋਇਲ ਕੀਤੀ ਹੈ, ਨਮਕ ਪਾ ਕੇ ਉਹਦੇ ਵਿੱਚ ਵੀ ਨਮਕ ਹੈ ਅਤੇ ਇਹ ਅਸੀਂ ਥੋੜ੍ਹਾ ਜਿਹਾ ਘੱਟ ਪਾਵਾਂਗੇ, ਹੁਣ ਉਹਨੂੰ ਰਲਾ ਮਿਲਾ ਲਵੋ ਇੰਜ ਕਰਕੇ, ਠੀਕ ਹੈ ਜੀ ਇਹ ਹੋ ਗਿਆ। ਇਹਦੇ ਵਿੱਚ ਜਾਂਦੀ ਟਮੈਟੋ ਪਿਊਰੀ, ਹੁਣ ਨਾ ਉਹਦੇ ਮੇਰੇ ਕੋਲ ਪਿਊਰੀ ਹੈ ਤਾਂ ਨਾ ਸ਼ਿਊਰੀ ਹੈ ਅਤੇ ਨਾ ਕੋਈ ਮਸ਼ੀਨ ਗ੍ਰੈਂਡ ਕਰ ਲਾਂ, ਹੁਣ ਮੈਂ ਛੋਟਾ ਛੋਟਾ ਕੱਟ ਕੇ ਇਹਦੇ ਵਿੱਚ ਪਾ ਦਿੰਦੀ ਹਾਂ ਤਾਂ ਕਿ ਨਾਲ ਹੀ ਗਲ ਗੁਲ ਜਾਵੇ, ਠੀਕ ਹੈ ਜੀ। ਭਾਜੀ ਨਾ ਉਹ ਅੱਜ ਕੱਟ ਦਿੰਦੀ ਸੀ ਛੋਟੀ ਛੁਰੀ ਨਾਲ ਕਟਿੰਗ ਬੋਰਡ, ਉਹਨਾਂ ਨੂੰ ਕਹਿੰਦੀ ਹੁੰਦੀ ਤੂੰ ਛੋਟੀ ਛੁਰੀ ਨਾਲ ਕਟਿੰਗ ਬੋਰਡ 'ਤੇ ਕੱਟਣਾ ਅਤੇ ਹੱਥ ਨਾ ਕੱਟਦਾ, ਅਤੇ ਹੁਣ ਜਦੋਂ ਆਪ ਹੀ ਕੱਟਦੀ ਹਾਂ ਤਾਂ ਫਿਰ ਪਤਾ ਲੱਗਦਾ ਕਿਸੇ ਨੂੰ ਗੱਲ ਕਰਨੀ ਸੌਖੀ ਨਹੀਂ ਹੁੰਦੀ। ਕੀ ਦਿਨ ਸਨ, ਇੱਕ ਦਿਨ ਉਹਨੇ ਰੋਟੀ ਪਕਾਉਣੀ ਇੱਕ ਦਿਨ ਮੈਂ ਲੜ ਲੜ ਕੇ, ਜਿੱਦਣ ਇੱਕ ਦਿਨ ਉਹਨੇ ਬਰਤਨ ਧੋਣੇ ਇੱਕ ਦਿਨ ਮੈਂ, ਜਿੱਦਣ ਚਾਵਲਾਂ ਦੀ ਵਾਰੀ ਹੋਣੀ ਮੈਂ ਕਹਿੰਦਾ ਮੈਂ ਧੋਣੇ ਤੂੰ ਧੋ, ਮੈਂ ਰੋਟੀਆਂ ਵਾਲੀ ਧੋ ਲਾਵਾਂਗੀ ਕਿ ਚਲੋ ਚਾਵਲਾਂ ਦਾ ਪਤੀਲਾ ਘੱਟ ਹੋਏਗਾ। ਟਮਾਟਰ ਵੀ ਪਾ ਦਿਓ ਵਿੱਚ, ਟਮਾਟਰ ਹੁਣ ਅਸੀਂ ਦੇ ਦੇਵਾਂਗੇ ਉੱਤੇ ਢੱਕਣਾ, ਥੋੜ੍ਹਾ ਜਿਹਾ ਪਾਣੀ ਪਾ ਕੇ ਤਾਂ ਕਿ ਟਮਾਟਰ ਜਿਹੜੇ ਉਹ ਵੀ ਲੜ ਲੈਣ, ਚਲੋ ਲੜਦੇ ਰਹੋ ਵਿੱਚੋਂ। ਅਤੇ ਜੀ ਬਸ ਮੇਰੀ ਪੰਜਾਬੀ ਦੀ ਬਸ ਹੋ ਗਈ, ਅੱਗੇ ਹੁਣ ਮੈਂ ਆਪ ਹੀ ਤੁਹਾਡੇ ਨਾਲ ਵੋਇਸ ਓਵਰ ਪੰਜਾਬੀ ਬੋਲਾਂਗੀ, ਅਤੇ ਆਈ ਹੋਪ ਤੁਹਾਨੂੰ ਚੰਗੀ ਲੱਗੇਗੀ, ਮੈਨੂੰ ਖੁਦ ਬੜੀ ਹੱਸੀ ਆ ਰਹੀ ਹੈ, ਪਤਾ ਨਹੀਂ ਆਪ ਲੋਕੋ ਕੋ ਕੈਸਾ ਲੱਗਤਾ ਹੈ ਕੈਸਾ ਕੈਸਾ ਨਹੀਂ, ਤੋ ਅਗਰ ਆਪਕੋ ਅੱਛਾ ਲੱਗਾ ਤੋ ਪਲੀਜ਼ ਪਲੀਜ਼ ਜ਼ਰੂਰ ਫੀਡਬੈਕ ਦੀਜੀਏਗਾ ਮੁਝੇ, ਔਰ ਤੋ ਯੇ ਜੋ ਮੇਰੀ ਔਲਾਦ ਹੈ ਨਾ ਇਸਨੇ ਮੁਝੇ ਬੋਲਾ ਮਾਮਾ ਕੁਛ ਇੰਟਰਸਟਿੰਗ ਬੋਲਾ ਕਰੋ, ਕੁਛ ਇੰਟਰਸਟਿੰਗ ਬਣਾਓ, ਤਾਂ ਮੈਨੇ ਸੋਚਾ ਕਿਉਂ ਨਾ ਹਮ ਆਪਣੀ ਮਾਦਰੀ ਜ਼ਬਾਨ ਕੋ ਹੀ ਜੋ ਹੈ ਬੋਲਤੇ ਹੈ, ਇਹ ਜੋ ਪੰਜਾਬੀ ਹਮ ਡੇਲੀ ਬੇਸਿਸ 'ਤੇ ਬੋਲਤੇ ਹੈ, ਉਰਦੂ ਤੋ ਚਲੋ ਹੈ ਹੀ ਤੋ ਵੈਸੇ ਹਮ ਘਰ ਮੇ ਪੰਜਾਬੀ ਹੀ ਬੋਲਤੇ ਹੈ, ਅਤੇ ਜੀ ਅੱਗੇ ਵੀ ਤੁਹਾਡਾ ਪੰਜਾਬੀ ਬੋਲਾਂਗੇ, ਅਤੇ ਇਹ ਤੁਸੀਂ ਵੇਖਿਆ ਹੀ ਹੋਏਗਾ ਉਦੋਂ ਤੱਕ, ਅਤੇ ਮੈਂ ਤੁਹਾਨੂੰ ਦੱਸ ਦਿੱਤਾ ਮਸਾਲਾ ਬਣਾਉਣ ਤੱਕ ਟਮਾਟਰਾਂ ਤੱਕ ਉਹ ਗਲ ਗਏ, ਫਿਰ ਵਿੱਚ ਮੈਂ ਦਾਲ ਲੈਦਾ ਤੂੰ ਬੋਇਲ ਕੀਤੀ ਇੱਕ, ਅਤੇ ਇਹ ਜਿਹੜੀ ਹੈ ਨਾ ਆਰਾਮ ਨਾਲ ਨਹੀਂ ਬਹਿੰਦੀ, ਚੁੱਪ ਕਰੋ, ਅਤੇ ਦਾਲ ਮੈਂ ਪਹਿਲਾਂ ਹੀ ਬੋਇਲ ਕਰ ਲਈ ਸੀ ਇੱਕ ਕਨੀ ਛੱਡ ਕੇ, ਅਤੇ ਉਹਨੂੰ ਵਿੱਚ ਪਾ ਦਿੱਤਾ, ਅਤੇ ਫਿਰ ਥੋੜ੍ਹਾ ਕੁ ਪਕਾਇਆ, ਅਤੇ ਉਹਨੂੰ ਦੱਸ ਤੜਕਾ ਰੈਡੀ ਕਰਾਂਗੇ,
ਤੜਕੇ 'ਚ ਪਾਇਆ ਮੱਖਣ, ਤੁਸੀਂ ਦੇਸੀ ਘਿਓ ਵੀ ਪਾ ਸਕਦੇ ਹੋ, ਫਿਰ ਹਰੀਆਂ ਮਿਰਚਾਂ ਅੱਧੀਆਂ ਇੱਧਰ ਪਾ ਦਿੱਤੀਆਂ, ਅੱਧੀਆਂ ਦਾਲ 'ਚ ਪਾ ਦੇਣੀਆਂ ਨੇ, ਅਤੇ ਅਦਰਕ ਅਤੇ ਹਰੀਆਂ ਮਿਰਚਾਂ ਅਤੇ ਮੱਖਣ ਅਤੇ ਕਸੂਰੀ ਮੇਥੀ ਪਾ ਕੇ ਜਦੋਂ ਅਸੀਂ ਤੜਕਾ ਲਾ ਲਾਂਗੇ। ਅਤੇ ਜੀ ਆਈ ਹੋਪ ਤੁਹਾਨੂੰ ਮੇਰੀ ਪੰਜਾਬੀ ਵਾਲੀ ਵੀਡੀਓ ਅੱਛੀ ਲੱਗੇਗੀ, ਅਗਰ ਅੱਛੀ ਲੱਗੇ ਤਾਂ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ, ਅਤੇ ਮੈਨੂੰ ਦੱਸਿਓ ਕਿ ਪੰਜਾਬੀ 'ਚ ਬਣਾਵਾਂ ਵੀਡੀਓ ਕਿ ਉਰਦੂ 'ਚ ਬਣਾਵਾਂ, ਤਾਂ ਫਿਰ ਵੀ ਉਰਦੂ ਨਿਕਲ ਜਾਂਦੀ ਤੋ ਅਤੇ ਕੀ ਕਹਿੰਦੇ ਨੇ, ਬਸ ਇਹ ਸਾਡੀ ਵੀਡੀਓ, ਮਿਲਣੇ ਆ ਅਗਲੀ ਵੀਡੀਓ 'ਚ, ਤਬ ਤੱਕ ਮੁਝੇ ਇਜਾਜ਼ਤ ਦੇ, ਅੱਲਾ ਹਾਫਿਜ਼। ਅਤੇ ਇਹ ਜਿਹੜਾ ਨਾ ਪਾਰਕ ਵਿੱਚ ਸੀਗੇ, ਹਾਂ ਅਗਲੇ ਦਿਨ ਦੀ ਵੀਡੀਓ ਥੋੜ੍ਹੀ ਸਾਰੀ ਵਾਕ ਕਰਨ, ਅਤੇ ਇਹਨਾਂ ਨੂੰ ਲੱਗੀ ਸੀ ਭੁੱਖ, ਇਹਨਾਂ ਨੂੰ ਲਈ ਚਿਪਸ, ਅਤੇ ਪਾਰਕ ਵਿੱਚ ਜਾ ਕੇ ਖਾਧੀ, ਇੰਜੋਏ ਕੀਤੀ, ਅਤੇ ਅਗਲੀ ਵੀਡੀਓ ਤੱਕ ਅੱਲਾ ਹਾਫਿਜ਼, ਅਤੇ ਰੱਬ ਰਾਖਾ, ਅਤੇ ਟੇਕ ਕੇਅਰ, ਅਤੇ ਬਾਏ ਬਾਏ।